ਜੀ ਮੇਰੀ ਤਰਫਾਂ ਅਸਲਾਮ ਅਲੈਕਮ ਰਹਿਮਤੁਲਾਹ ਵਬਰਕਾਤ ਤੈਨੂੰ ਪਤਾ ਵੀ ਤੇਰੀ ਨਾਨੀ ਦੀ ਹਿੰਮਤ ਹੈਗੀ ਸੀ ਕਿ ਨਹੀਂ ਅੱਛਾ ਜੀ ਜੈਸਾ ਕਿ ਭੈਣ ਭਾਈ ਦੇਖ ਰਹੇ ਆ ਚਲੋ ਧੋਵਾ ਮੇਰਾ ਪੁੱਤ ਮੈਂ ਵੀ ਨਾਲ ਤੁਹਾਡਾ ਧੋਨਾ ਬਾਈ ਜੋ ਤਜ਼ਾਬ ਲਿਆ ਕੇ ਦਿੱਤਾ ਵਾ ਹਲਕਾ ਜਿਹੜਾ ਹੱਥ ਵੱਡੇ ਵੀ ਨਾ ਤੇ ਵੇਖ ਵੀ ਲੱਗੀ ਸਲਾਮ ਕਰ ਲਓ ਬਾਈ ਹਾਂਜੀ ਕਿਵੇਂ ਸਾਫ਼ ਹੁੰਦੀ ਯਾਰੀ ਕਿਉਂਕਿ ਛੱਪਰੇ ਦੇ ਵਿੱਚ ਰਿਹਾ ਬਹੁਤ ਦੇਰ ਗੁਜ਼ਾਰੀ ਆ ਢੱਕਣ ਚੱਕੀ ਬੇਟਾ ਤਾ ਮੈਂ ਦੇਖ ਸਕਦਾ ਟੁੱਟੀ ਫੁੱਟੀ ਵੀ ਢੱਕਣ ਵੀ ਟੁੱਟਾ ਢੱਕਣ ਦਾ ਮੈਂ ਕੋਸ਼ਿਸ਼ ਕਰਾਂਗਾ ਨਵਾਂ ਲਵਾਉਣ ਦਾ ਬਾਕੀ ਥੱਲੇ ਉਹ ਠੀਕ ਹੈਗੀ ਗੁਜ਼ਾਰਾ ਕਰੇਗੀ ਕਿਉਂਕਿ ਬਿਸਤਰੇ ਜਿਹੜੇ ਆ ਕੋਈ ਵਿੱਚ ਫੈ ਸੀ ਰਜਾਈਆਂ ਉਹ ਕੱਢੀਆਂ ਵਾ ਕੱਢ ਕੇ ਅਤੇ ਉੱਤੇ ਲੈਣ ਵਾਸਤੇ ਰੱਖੀਆਂ ਅਤੇ ਕੁਛ ਗੱਦੇ ਜਿਹੜੇ ਸਾਡੇ ਆ ਉਹ ਸਾਡੇ ਬਿਲਕੁਲ ਖਤਮ ਹੋ ਗਏ ਸੀ ਉਹ ਅਸੀਂ ਭਰਾਈ ਕਰਾ ਕੇ ਲਿਆਉਣੀ ਉਹ ਵੀ ਦਿਖਾਉਂਦੇ ਭੈਣ ਭਾਈਆਂ ਨੂੰ ਬਾਕੀ ਸਫਾਈ ਕਰਦੇ ਇਨਸ਼ਾਅੱਲਾ ਸਾਫ਼ ਅੱਛਾ ਅੱਲਾ ਪਾਕ ਤਾਂ ਖੈਰ ਕਰੇਗਾ ਟਰੈਕਟਰ ਚੱਲਦਾ ਪਿਆ ਜੀ ਨਾਲ ਨਾਲ ਬਹੁਤ ਆਵਾਜ਼ ਆ ਰਹੀ ਉਹਦੀ ਰੋਟਾਵੇਟਰ ਫਿਰ ਆ ਬਾਕੀ ਬਾਕੀ ਅੱਲਾ ਖੈਰ ਕਰੇ ਜੀ ਜਿਹੜੀ ਪੇਟ 'ਚ ਕੱਢੇ ਆ ਗੱਦੇ ਵਗੈਰਾ ਉਹ ਅਸੀਂ ਇੱਧਰਲੇ ਸਾਡੇ ਸਿਰ 'ਤੇ ਅਤੇ ਆ ਰੂਮ ਜਿਹੜੀ ਆ ਪਈ ਸਾਡੇ ਕੋਲ ਇਹ ਗੱਦੇ ਸੀ ਦੋ ਇੱਕ ਅੰਦਰ ਪਿਆ ਉਹ ਵੀ ਬਾਹਰ ਕੱਢਦੇ ਹਾਂ ਇਹਦੇ ਰੂਲ ਧੁੱਪ 'ਤੇ ਪਾਈ ਆ ਵੀ ਸੈੱਟ ਹੋ ਜਾਵੇ ਮੁੜਕੇ ਇਹਨਾਂ ਨੂੰ ਪੰਜਾਹ ਕੇ ਲਿਆਉਣਾ ਨਾ ਚਲੋ ਸਹੀ ਹੈ ਜਿਹੜੇ ਲੈ ਕੇ ਪਜਾਓ ਅਤੇ ਬਾਕੀ ਰਜ਼ਾਈਆਂ ਧਾਰੀਆਂ ਜਿਹੜੀਆਂ ਵਾ ਉਹ ਕੰਮ ਸੀ ਵਿੱਚ ਦੋ ਰਜ਼ਾਈਆਂ ਲਿਆ ਵੀ ਦਿੱਤੀਆਂ ਵਾ ਹਾਂਜੀ ਬਿਲਕੁਲ ਬਿਲਕੁਲ ਅਤੇ ਬੇਗਮ ਤਾਂ ਕਹਿ ਰਹੀ ਸੀ ਜੀ ਨਵੀਂ ਘਰ ਆ ਭੈਣ ਭਾਈਆਂ ਨੇ ਬਣਾਤਾ ਵਾ ਅਤੇ ਪੇਟੀ ਵੀ ਨਵੀਂ ਲੈ ਦੇ ਲੇਕਿਨ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਨਸ਼ਾਅੱਲਾ ਲੈ ਕੇ ਦਿਓ ਪੁੱਤ ਅਤੇ ਅੱਲਾ ਖੈਰ ਕਰੇ ਇਹਨੂੰ ਫਿਲਹਾਲ ਰੱਖੋ ਅਤੇ ਜਿਵੇਂ ਅੱਗੇ ਆਪਣਾ ਨਿਜ਼ਾਮ ਸੈੱਟ ਹੁੰਦਾ ਨਾ ਕਿ ਕੁਲਫੀਆਂ ਦਾ ਜਿਵੇਂ ਇੱਕ ਸੀਜ਼ਨ ਲੱਗਾ ਵਾ ਥੋੜ੍ਹਾ ਜਿਹਾ ਕੁਛ ਅੱਗੇ ਮੇਰਾ ਕਾਰੋਬਾਰ ਚੱਲ ਜਾਏ ਹੁਣ ਕਿਉਂਕਿ ਦੂਸਰੀ ਦਿਹਾੜੀ ਮਜ਼ਦੂਰੀ ਬਹੁਤ ਔਖੀ ਲੱਭਦੀ ਕੋਈ ਨਹੀਂ ਪਈ ਜੇ ਕਦੇ ਗਏ ਵੀ ਆ ਲੇਕਿਨ ਮੇਰੀ ਕੋਸ਼ਿਸ਼ ਆ ਗੱਲਾਂ ਪਾਕਿ ਦਾਤ ਮੈਨੂੰ ਕੋਈ ਥੋੜ੍ਹੇ ਜਿਹੇ ਪੈਸੇ ਹੱਥ ਚੰਦੇ ਨਾ ਅਤੇ ਮੈਂ ਆਪਣਾ ਫੇਰੀ ਦਾ ਕੰਮ ਜਿਹੜਾ ਵਾ ਚਲਾਵਾਂ ਬਰਤਨਾਂ ਦਾ ਜਿਵੇਂ ਭਾਈ ਇਸ ਕਰਕੇ ਚਲਾਇਆ ਹੋਇਆ ਨਾ ਅਤੇ ਫਿਰ ਕਤਰੇ ਕਤਰੇ ਦਿਆ ਪਾਦਾ ਫਿਰ ਨਿਜ਼ਾਮ ਚੱਲਦਾ ਰਹਿੰਦਾ ਅਤੇ ਉਸ ਕੰਮ ਕਿਤੇ ਚੱਲ ਜਾਵੇ ਕੋਈ ਅੱਲਾ ਪਾਕ ਐਸਾ ਸਵਾਬ ਲਾ ਦੇਵੇ ਮੇਰਾ ਕਿਉਂਕਿ ਮੈਂ ਕੰਮ ਚਲਾ ਲਵਾਂ ਰੋਜ਼ੀ ਕਮਾਉਣ ਲੱਗ ਪਾ ਬੱਚਿਆਂ ਦੀ ਫਿਲਹਾਲ ਤਾਂ ਮੈਂ ਘਰ ਹੀ ਹਾਂ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਬਾਕੀ ਅਸੀਂ ਕਿਚਨ ਦੇ ਵਿੱਚ ਵੀ ਲਿਆਵਾਂਗੇ ਕੈਮਰਾ ਕਿਚਨ 'ਚ ਹੀ ਮਾਰਦੇ ਹਾਂ ਕਿਚਨ ਜਿਹੜਾ ਕੰਮ ਨਵਾਂ ਕੀਤਾ ਉਹ ਵੀ ਦਿਖਾਉਂਦੇ ਹਾਂ ਕਿ ਉਹ ਕਿੰਨਾ ਨੇ ਕਰਾਇਆ ਅਤੇ ਕਿਹੜੇ ਭੈਣ ਭਾਈ ਨੇ ਤਵਨ ਕੀਤਾ ਸੀ ਅਤੇ ਹੁਣ ਇਹਦੀ ਆਂਟੀ ਆਈ ਆ ਜਿਹੜੀ ਗਈ ਸੀ ਆਪਣੇ ਨਾਮ ਪੇਕਿਆਂ ਦੇ ਮਿਲਣ ਵਾਸਤੇ ਉਹਨੂੰ ਵੀ ਬੁਲਾ ਕੇ ਲਿਆਉਂਦੇ ਹਾਂ ਉਹਨੂੰ ਵੀ ਕਹਿੰਦੇ ਸਾਡੇ ਨਾਲ ਪੇਟੀ ਧਵਾ ਬਹੁਤ ਹੋਈ ਆ ਪੇਟੀ ਰਲ ਮਿਲ ਕੇ ਧੋਨੇ ਕੋਈ ਮੈਂ ਧੋਵਾਂਗਾ ਨਾਲ ਕੋਈ ਬੇਗਮ ਲੱਗੀ ਮਾਹਾਂ ਹੈਗੀ ਆ ਅਤੇ ਚੱਲ ਮਾਮ ਸੱਦ ਕੇ ਲਿਆ ਜਾ ਕੇ
ਅੱਛਾ ਜੀ ਇੱਕ ਸਾਡੇ ਕੋਲ ਹੋਰ ਆ ਗਿਆ ਬੰਦਾ ਸਲਾਮ ਕਰ ਲਓ ਜੀ ਵਾਲੇਕਮ ਸਲਾਮ ਜੀ ਇਹਨਾਂ ਨੂੰ ਵੀ ਬੈਣ ਬੈਣ ਪਛਾਣਨਾ ਕਿ ਦੇਖ ਸਕਦੇ ਆ ਕਿ ਤੁਸੀਂ ਪਹਿਲੇ ਵੀਡੀ ਸਾਡੇ ਕੰਮ ਦੇ ਨਾਲ ਮਿਸਤਰੀ ਸੀ ਸਾਡਾ ਹਾਂਜੀ ਤੇ ਜਿਹੜੇ ਬੈਣ ਬੈਣ ਇਹਨਾਂ ਨੂੰ ਨਾਮ ਵੀ ਦਿੱਤਾ ਸੀਗਾ ਹਾਂਜੀ ਤੇ ਇਹ ਪੇਟੀ ਚੰਗੀ ਤਰ੍ਹਾਂ ਚਿੱਟੀ ਕੱਢੋਗੇ ਤੇ ਨਾਮ ਤੈਨੂੰ ਫੇਰ ਮੇਰੇ ਬੈਣ ਬੈਣ ਤੇ ਦੇ ਦੇਣਾ ਬਦਲਦੀ ਬਦਲਦੀ ਬਿਲਕੁਲ ਜੀ ਬਦਲਦੀ ਇਹ ਗਏ ਹੋਏ ਸੀ ਜੀ ਆਪਣੇ ਅੰਮੀ ਹੁਣਾਂ ਕੋਲ ਤੇ ਸੀ ਇਹਨਾਂ ਕੋਲ ਸੁਣਾਓ ਤੁਹਾਡੀ ਅੰਮੀ ਅੱਬੂ ਦਾ ਹਾਲ ਵਾਲ ਠੀਕ ਠਾਕ ਸੀ ਸਾ ਚਲੋ ਮਾਸ਼ਾ ਅੱਲਾ ਹੁਣ ਕਿੱਦਾਂ ਜਾਣਾ ਵਾਪਸੀ ਇਹ ਤਾਂ ਗੱਲ ਬਿਲਕੁਲ ਜੀ ਨਸੀਬ ਦੀ ਗੱਲ ਹੁੰਦੀ ਜੋ ਜੀ ਨਸੀਬ ਦੀ ਆ ਨਸੀਬ 'ਚ ਮਿਲਦਾ ਕਹਿੰਦੀ ਸੀ ਤੇਰੀ ਭਰਜਾਈ ਤੇ ਵੱਡੀ ਦਰਾਣੀ ਕਿ ਜਠਾਣੀ ਲੱਗਦੀ ਆ ਮੈਨੂੰ ਨਵੀਂ ਲੈ ਕੇ ਦੇ ਤੇ ਮੈਂ ਨਵੀਂ ਨੂੰ ਵੀ ਤਾਂ ਕੋਈ ਨਹੀਂ ਇਹਨੂੰ ਹੀ ਰਗੜ ਰੋੜ ਕੇ ਚਿੱਟੀ ਕੱਢਦੇ ਹਾਂ ਹਾਂਜੀ ਕਿਉਂਕਿ ਛੱਪਰੇ 'ਚ ਪਈ ਰਹੀ ਅੱਗ ਵੀ ਬਲਦੀ ਸੀ ਉੱਥੇ ਫਿਰ ਸਾਰੀ ਕਾਲੀ ਲਈ ਸੀ ਅਤੇ ਢੱਕਣ ਮਾਸ਼ਾ ਅੱਲਾ ਤਾਲਾ ਲਾ ਕੇ ਭੁੱਲ ਜਾਂਦੀ ਸੀ ਅਤੇ ਤੋੜ ਤੋੜ ਕੇ ਅਤੇ ਢੱਕਣ ਇਹਨੇ ਉੱਥੇ ਮਾਰ ਮਾਰ ਥਾਪੇ ਅਤੇ ਇੱਟਾਂ ਤੋੜ ਦਿੱਤਾ ਹਾਂਜੀ ਕਿਉਂਕਿ ਕੋਈ ਭੈਣ ਬਾਈ ਮੇਰੇ ਆਪਣੇ ਅਜ਼ੀਜ਼ ਕਹਿੰਦੇ ਨਹੀਂ ਬਹੁਤ ਹੁਸ਼ਿਆਰ ਆ ਉਹ ਭੈਣ ਬਾਈ ਨੂੰ ਪਤਾ ਵਾ ਇਹ ਜਿਹੜਾ ਤਾਲਾ ਲਾ ਕੇ ਨਾ 10 ਮਿੰਟ ਬਾਅਦ ਇਹਨੂੰ ਪੁੱਛੋ ਤਾਂ ਚਾਬੀ ਕੋਈ ਨਹੀਂ ਸੀ ਹੁੰਦੀ ਇਸ ਹਾਂਜੀ ਅਤੇ ਛੱਪਰੇ 'ਚ ਹੁੰਦੇ ਸੀ ਉੱਥੇ ਵੀ ਤਾਲੇ ਹਰ ਸ਼ਾਇਦ ਬਾਕੀ ਅੱਜ ਟਰੈਕਟਰ ਦੀ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਕੋਲ ਆਵਾਜ਼ ਆ ਰਹੀ ਹੈ ਸੋਰੀ ਬਾਕੀ ਜਿਸ ਟਾਈਮ ਬਿਲਕੁਲ ਤਿਆਰ ਹੋਈ ਹੈ ਭੈਣ ਬਾਈ ਨਾਲ ਸ਼ੇਅਰ ਕਰਾਂਗੇ ਤੁਸੀਂ ਜਲਦੀ ਜਲਦੀ ਕਰੋ ਤੁਹਾਨੂੰ ਚਾਹ ਪਿਲਾਵਾਂਗਾ ਮੈਂ ਦੁੱਧ ਲੈ ਕੇ ਆਉਂਦਾ ਤੁਹਾਡੇ ਲਈ ਠੀਕ ਹੈ ਦੇਖ ਸਕਦੇ ਪਹਿਲੇ ਕਿਸ ਤਰ੍ਹਾਂ ਦੀ ਅਤੇ ਹੁਣ ਕਿਸ ਤਰ੍ਹਾਂ ਸੋਹਣੀ ਨਿਕਲ ਆਈ ਹੈ ਸੋਹਣੀ ਨਿਕਲੀ ਆਈ ਫਰਕ ਮਾਸ਼ਾਅੱਲਾ ਬਹੁਤ ਜ਼ਿਆਦਾ ਪੈ ਗਿਆ ਕਿ ਕਿੱਡੀ ਸੋਹਣੀ ਨਿਕਲ ਆਈ ਸਿਰਫ ਹੁਣ ਇੱਕ ਤੋਂ ਲੱਗ ਜਾਵੇ ਤਾਂ ਚਲੋ ਗੁਜ਼ਾਰਾ ਤੇਰਾ ਤਾਂ ਹੋ ਜੂਗਾ ਜੇ ਨਸੀਬਾਂ 'ਚ ਹੋਈ ਤਾਂ ਜ਼ਰੂਰ ਮਿਲੂਗੀ ਅਤੇ ਹਰ ਚੀਜ਼ ਐਸਾ ਐਸਾ ਬਣਦੀ ਹੁੰਦੀ ਕਤਰੇ ਕਤਰੇ ਨਾਲ ਦਰਿਆ ਭਰ ਜਾਂਦਾ ਇਹ ਵੀ ਬੜਾ ਅੱਲਾ ਦਾ ਸ਼ੁਕਰ ਆ ਇਹਨੂੰ ਤੁਸੀਂ ਸਾਫ਼ ਕਰ ਲੈਣੇ ਤਾਂ ਮੇਰਾ ਤਾਂ ਬਹੁਤ ਦਿਲ ਖਰਾਬ ਸੀ ਆ ਡੰਡਾ ਲਾ ਖੜੀ ਕਰਤੀ ਆ ਅਤੇ ਇੰਨੀ ਤੁਸੀਂ ਸਫਾਈ ਸੀ ਕੱਲ੍ਹ ਵਿੱਚੋਂ ਤਾਂ ਨਵੀਂ ਬਿਲਕੁਲ ਪਈ ਆ ਅਤੇ ਬਸ ਇਹਨੂੰ ਸਾਫ਼ ਕਰਕੇ ਨਾ ਕੋਈ ਚੰਗੀ ਤਰ੍ਹਾਂ ਪਾਣੀ ਮਾਰ ਕੇ ਨਾ ਧੋ ਕੇ ਖੁਸ਼ਕ ਕਰੋ ਅਤੇ ਜੋ ਕਾਰੀਗਰ ਆ ਗਿਆ ਨਾ ਅਤੇ ਫਿਰ ਉਹਨੂੰ ਵਿਖਾਉਂਦੇ ਹਾਂ ਵਿਖਾ ਕੇ ਜੇ ਉਹਨੇ ਕਿਹਾ ਨਾ ਵੀ ਠੀਕ ਹੈ ਹੋ ਜਾਏਗੀ ਅਤੇ ਢੱਕਣ ਲਵਾ ਦਿੰਦੇ ਨਾ ਵੀ ਹੋਏ ਤਾਂ ਫਿਲਹਾਲ ਐਸੇ ਢੱਕਣ ਗੁਜ਼ਾਰਾ ਕਰਾਂਗੇ ਜੇ ਕੋਈ ਹਿਸਾਬ ਕਿਤਾਬ ਨਾਲ ਢੱਕਣ ਦੇ ਪੈਸੇ ਲਾ ਕੇ ਉਹਨੇ ਲਾਤਾ ਤਾਂ ਲਵਾ ਲਾਂਗੇ ਜੇ ਉਹਨੇ ਬਹੁਤਾ ਰੇਟ ਦੱਸਿਆ ਫਿਰ ਇਹਨਾਂ ਨੇ ਗੁਜ਼ਾਰਾ ਕਰੋ ਜਿਵੇਂ ਅੱਗੇ ਕਰਦੇ ਰਹੇ ਠੀਕ ਨਹੀਂ ਅਤੇ ਉਸ ਤੋਂ ਬਾਅਦ ਜਿਹੜੇ ਨਾ ਅੱਜ ਰੂਮ ਲੱਗ ਗਈ ਆ ਅਤੇ ਜਿਹੜੇ ਦੋ ਗੱਦੇ ਤਿੰਨ ਹੈਗੇ ਇਹਨੂੰ ਭਰਾਓ ਮੁੜ ਕੇ ਹੋਰ ਕੋਈ ਲੈ ਕੇ ਨਾ ਕੱਪੜਾ ਲੈ ਕੇ ਸੈਂਕਣਾ ਅੜ ਜਾ ਅਤੇ ਇਹਨਾਂ ਦੇ ਉੱਤੇ ਛਾੜੇ ਚਾੜ ਕੇ ਆਪਣੀ ਸਰਦੀਆਂ ਗੁਜ਼ਾਰਾ ਕਰੋ ਠੀਕ ਹੈ ਹਾਂ ਇੰਨਾ ਸਾਲ ਤੋਂ ਜ਼ਿੰਦਗੀ ਰਹੀ ਅਤੇ ਫਿਰ ਕਰ ਲਾਂਗੇ ਠੀਕ ਹੈ ਨਾ ਹਾਂ ਕਿਉਂਕਿ ਸਰਦੀ ਹੁਣ ਬਹੁਤ ਜ਼ਿਆਦਾ ਆ ਗਈ ਪਹਿਲੇ ਇਹਨਾਂ ਦਾ ਲਾਜ਼ਮੀ ਕਰ ਸਵੇਰੇ ਜਾ ਕੇ ਨਾ ਇਹਨਾਂ ਦੀ ਭਰਾਈ ਕਰਾ ਕੇ ਲਿਆ ਜੰਗਾਲ ਹੀ ਆ ਬਹੁਤ ਹੋਰ ਕੀ ਆ ਬਸ ਇੱਦਾਂ ਹੀ ਆ ਕਿ ਜਦੋਂ ਘਰੋਂ ਪੇ ਘਰ ਬੰਦਾ ਹੁੰਦਾ ਫਿਰ ਇੱਕ ਹਿਸਾਬ ਹੀ ਹੁੰਦਾ ਛੱਪਰੇ ਜੇ ਜ਼ਿੰਦਗੀ ਗੁਜ਼ਾਰੀ ਚਲੋ ਵੀ ਜ਼ਿੰਦਗੀ ਰਹੀ ਅਤੇ ਅਗਾਂਹ ਕੋਈ ਰੱਬ ਨੇ ਸਵੱਬ ਲਾਇਆ ਕੋਈ ਕੰਮ ਦਾ ਤਾਂ ਕੰਮ ਕਰਾਂਗੇ ਕੋਈ ਰੁਪਏ ਹੱਥ ਆ ਗਏ ਅਤੇ ਫਿਰ ਇਨਸ਼ਾਅੱਲਾ ਪੇਟੀ ਦਾ ਸੈੱਟ ਲੈ ਕੇ ਵੀ ਬੇਗਮ ਨੂੰ ਦੇ ਦਿਆਂਗਾ ਹਾਂ ਬੇਟੀ ਵੀ ਪਰੇਸ਼ਾਨ ਪੇਟੀ ਤੋਂ ਅਤੇ ਬੇਗਮ ਵੀ ਉਹਨਾਂ ਨੂੰ ਵੀ ਇਹ ਵੀ ਪਰੇਸ਼ਾਨੀ ਨਾਲ ਦੂਰ ਕਰਾਂਗੇ ਇਨਸ਼ਾਅੱਲਾ ਅਤੇ ਅੱਲਾ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਸਿਹਤ ਰੱਖਦੀ ਮੇਰੇ ਭੈਣ ਭਾਈਆਂ ਦੇ ਇਸੇ ਤਰ੍ਹਾਂ ਤਾਵਨ ਨਾਲ ਹੀ ਹਰ ਚੀਜ਼ ਬਣੀ ਅਤੇ ਦਿੱਤਾਂ ਵਾਲ ਰਿਹਾ ਅਤੇ ਹਰ ਚੀਜ਼ ਦੀ ਬਣਦੀ ਆ ਰਹੀ ਹੈ ਅਤੇ ਇਹ ਇੱਕ ਰਹਿ ਗਈ ਇਹ ਵੀ ਇਨਸ਼ਾਅੱਲਾ ਬਣ ਜਾਣੀ ਆ ਅਤੇ ਠੀਕ ਆ ਜੀ ਵੀਡੀਓ ਵੀ ਕਾਫੀ ਲੰਮੀ ਹੁੰਦੀ ਜਾਂਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਹਾਫਿਜ਼